ਸਰ ਮੈਨੂੰ ਤੁਹਾਡੀ ਇਸ ਗੱਲ ਤੋਂ ਜਿਵੇਂ ਤੁਸੀਂ ਗੱਲ ਕਰ ਰਹੇ ਕਿ ਔਰਤਾਂ ਦੀ ਮਾਨਸਿਕਤਾ ਤੇ ਬੱਚਿਆਂ ਦੀ ਜਾਂ ਮਰਦਾਂ ਦੀ ਮਾਨਸਿਕਤਾ ਨਾ ਪੜਨ ਵਾਲੇ ਤੁਹਾਡੇ ਪਾਠਕ ਜਿਆਦਾ ਨੌਜਵਾਨ ਵਰਗ ਹੈ ਜਦੋਂ ਮੈਂ ਦੇਖਦੀ ਹਾਂ ਉਹਨਾਂ ਨੂੰ ਲੱਗਦਾ ਹੁੰਦਾ ਕਿ ਤੁਹਾਡੀਆਂ ਲਿਖਤਾਂ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਬਹੁਤ ਸਾਰੇ ਹੱਲ ਪਏ ਨੇ ਪਰ ਤੁਸੀਂ ਔਰਤਾਂ ਤੇ ਬਹੁਤ ਜ਼ਿਆਦਾ ਲਿਖਦੇ ਹੋ ਔਰਤਾਂ ਦੀ ਮਾਨਸਿਕਤਾ ਔਰਤਾਂ ਦਾ ਜਿਹੜਾ ਰਹਿਣਾ ਬਹਿਣਾ ਔਰਤਾਂ ਦੀ ਸਮਾਜ ਚ ਸਥਿਤੀ ਆ ਤੁਹਾਡੀਆਂ ਦੋ ਕੁ ਕੋਟੇਸ਼ਨਸ ਮੈਂ ਪੜ ਰਹੀ ਸੀ ਜਿੱਦੇ ਤੁਸੀਂ ਜ਼ਿਕਰ ਕਰਦੇ ਹੋ ਕਿ ਬਾਗੀ ਔਰਤਾਂ ਨੇ ਜਿਹੜੀਆਂ ਕਦੀ ਘਰ ਨਹੀਂ ਬਸਾ ਸਕਦੀਆਂ ਉਸੇ ਕੁਟੇਸ਼ਨ ਤੋਂ ਬਾਅਦ ਮੈਂ ਇੱਕ ਹੋਰ ਚੀਜ਼ ਪੜੀ ਤੁਸੀਂ ਲਿਖਦੇ ਹੋ ਕਿ ਔਰਤਾਂ ਨੇ ਜਿਹੜੀਆਂ ਤਮਾਮ ਉਮਰ ਸਿਰਫ ਵਿਆਹ ਬਾਰੇ ਸੋਚਦੀਆਂ ਰਹਿੰਦੀਆਂ ਨੇ ਇਸ ਲਈ ਆਪਣੀ ਆਜ਼ਾਦੀ ਗਵਾ ਦਿੰਦੀਆਂ ਨੇ ਇੰਨਾ ਜ਼ਿਆਦਾ ਔਰਤਾਂ ਦੇ ਵਿਸ਼ੇ ਦੇ ਉੱਤੇ ਲਿਖਣਾ ਮਤਲਬ ਕਿੰਨੀਆਂ ਕੁ ਔਰਤਾਂ ਦੇ ਸੰਪਰਕ 'ਚ ਤੁਸੀਂ ਰਹੇ ਹੋ ਕਿ ਪੜਨ ਵਾਲੇ ਨੂੰ ਲੱਗਦਾ ਕਿ ਡਾਕਟਰ ਨਰਿੰਦਰ ਕਪੂਰ ਨੂੰ ਉਨ੍ਹਾਂ ਨੂੰ ਔਰਤ ਬਾਰੇ ਬੇਹੱਦ ਜ਼ਿਆਦਾ ਗਿਆਨ ਹੈ ਮੈਂ ਵੀ ਮਾਲਾ ਮੰਨ ਕੇ ਛੱਪੀ ਨਾ ਤੇ ਮੇਰੇ ਜਵਾਈ ਨੇ ਪੜੀ ਹੋ ਦੇਔਸਨੇ ਕਿਹਾ ਇਹ ਕਿਸੇ ਇੱਕ ਔਰਤ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਨਹੀਂ ਲਿਖਿਆ ਜਾ ਸਕਦੀ ਗੱਲ ਹਾਂਜੀ ਕਈ ਔਰਤਾਂ ਦੇ ਸੰਪਰਕ ਵਿੱਚ ਆਇਆ ਇਹ ਮੈਂ ਫਾਰਚੂਨੇਟਲੀ ਮੈਂ ਬਹੁਤ ਸਾਰੀਆਂ ਔਰਤਾਂ ਦੇ ਸੰਪਰਕ ਵਿੱਚ ਆਇਆ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਸੀ ਮੇਰੇ ਸੰਪਰਕ ਵਿੱਚ ਵੀ ਆਈਆਂ ਪਰੰਤੂ ਮੈਂ ਕਦੇ ਕਿਸੇ ਦਾ ਨਜਾਇਜ਼ ਫਾਇਦਾ ਜਾਂ ਉਹ ਨਹੀਂ ਉਠਾਇਆ ਮੈਂ ਮਨ ਲ ਕੇ ਆਪਣੇ ਆਪ ਨੂੰ ਚਿੱਤਰਵਾਣ ਸਮਝਦਾ ਹਾਂ ਹਾਂ ਕਾਰਨ ਇਹ ਹੈ ਕਿ ਔਰਤ ਦਾ ਮਨੋਵਿਸ਼ਲੇਸ਼ਣ ਕਰਨਾ ਅਸੰਭਵ ਹੈ। ਪੁਰਸ਼ ਜਿਹੜਾ ਹੈ ਨਾ ਉਹ ਲੌਜੀਕਲ ਹੁੰਦਾ ਹੈ। ਉਹਦੇ ਗੱਲਬਾਤ ਦੇ ਵਿੱਚ ਗਿਆਨ ਜਿਹਨੂੰ ਕਹਿੰਦੇ ਨੇ ਲੌਜੀਕ ਹੋਏਗਾ ਕਿ ਇਹਨੇ ਪੈਸੇ ਚਾਹੀਦੇ ਆ ਮੇਰੇ ਕੋਲ ਇਹਨੇ ਆ ਉਹ ਸਮਝ ਜਾਂਦਾ ਕਿ ਇਹਨੇ ਹੋਰ ਚਾਹੀਦੇ ਆ। ਉਹ ਪਲਾਨਿੰਗ ਕਰਦਾ ਹੈਗਾ, ਕੁਝ ਹੋਰ ਕਰਦਾ ਹੈਗਾ। ਮਿਸਾਲ ਦੇ ਤੌਰ ਤੇ ਜੇਕਰ ਅੱਜ ਇੰਟਰਵਿਊ ਫਿਕਸ ਹੋ ਜਵੇ ਨਾ ਤੇ ਲੜਕੀਆਂ ਜਿਹੜੀਆਂ ਨਾ ਉਹ ਉਸੇ ਵੇਲੇ ਸੋਚਣ ਲੱਗ ਪੈਣਗੀਆਂ ਕਿ ਮੈਂ ਇੰਟਰਵਿਊ ਵਾਲੇ ਦਿਨ ਕੱਪੜੇ ਕਿਹੜੇ ਪਾਉਣੇ ਆ। ਜਾਂ ਮੈਂ ਉਸ ਦਿਨ ਕੀ ਤਿਆਰ ਹੋ ਕਿਵੇਂ ਤਿਆਰ ਹੋ ਕੇ ਜਾਣਾ ਹੈਗਾ। ਮਤਲਬ ਉਹਨੂੰ ਇਹ ਨਹੀਂ ਹੈ ਕਿ ਮੈਂ ਤਿਆਰੀ ਕਿਵੇਂ ਕਰਨੀ ਆ ਜਾਂ ਕਿ ਉਹ ਸਮਝੇ ਬਾਕੀ ਸਭ ਕੁਝ ਠੀਕ ਹੈ। ਬਸ ਹੁਣ ਤਾਂ ਮੈਂ ਪ੍ਰਭਾਵਿਤ ਹੀ ਕਰਨਾ ਹੈਗਾ। ਤੇ ਪੁਰਸ਼ ਜਿਹੜੇ ਹੈਗੇ ਆ ਲੜਕੇ ਜਿਹੜੇ ਆ ਉਹ ਸਕੀਮਾ ਬਣਾਉਣਗੇ ਕਿਸ ਨੂੰ ਅਪਰੋਚ ਕਰਨਾ ਹੈ ਕਿੱਥੇ ਜਾਣਾ ਹੈ ਕਿਵੇਂ ਮਿਲਣਾ ਹੈ ਤਿਆਰੀ ਕਿਵੇਂ ਕਰਨੀ ਹੈ ਨੋਟਸ ਕਿਸ ਤੋਂ ਲੈਣੇ ਆ ਕਿਤਾਬ ਕਿਸ ਤੋਂ ਲੈਣੇ ਆ ਵਗੈਰਾ 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 ਜਿਹੜੇ ਆ ਹਾਂਜੀ ਸੋ ਪੁਰਸ਼ ਦਾ ਮਨੋਵਿਸ਼ਲੇਸ਼ਨ ਕਰਨਾ ਆਸਾਨ ਹੈ ਪੋਸੀਬਲ ਹੈ ਕੀਤਾ ਜਾ ਸਕਦਾ ਐਸੇ ਕਰਕੇ ਪੁਲਿਸ ਜਿਹੜੀ ਹੈ ਨਾ ਉਹ ਪੁਲਿਸ ਦੇ ਪੁਲਿਸ ਜਿਹੜੀ ਹੈ ਕ੍ਰਿਮੀਨਲਸ ਨੂੰ ਫੜਨ ਵਾਸਤੇ ਪੋਰਸ਼ ਦੇ ਬਿਹੇਵੀਅਰ ਨੂੰ ਜਿਹੜਾ ਨਾ ਐਨਲਾਈਜ਼ ਕਰਦੀ ਆ ਵੀ ਜੇਕਰ ਇਹ ਕ੍ਰਾਈਮ ਵਾਪਰਿਆ ਤਾਂ ਇਸ ਦਾ ਲਾਭ ਕਿਸ ਨੂੰ ਹੁੰਦਾ ਹ ਹ ਜਿਸ ਨੂੰ ਲਾਭ ਹੁੰਦਾ ਨਾ ਉਸ ਨੂੰ ਫੜਦੇ ਆ ਉਹ ਸਪੋਸ ਕਰੋ ਵਾਈਫ ਦਾ ਬੀਮਾ ਹੋਇਆ ਹੋਇਆ ਤੇ ਵਾਈਫ ਦਾ ਕਤਲ ਹੋ ਗਿਆ ਪੇ ਪੁਲਿਸ ਇਹ ਜਾਣਨਾ ਚਾਹੁੰਦੀ ਹੈ ਕਿ ਵਾਈਫ ਦੇ ਕਤਲ ਹੋਣ ਦਾ ਲਾਭ ਕਿਸ ਨੂੰ ਹੁੰਦਾ ਬਿਲਕੁਲ ਉਹ ਹੌਲੀ ਹੌਲੀ ਪਤਾ ਕਰ ਲਏ ਨੇ ਕਿ ਇਹਦਾ ਬੀਮਾ ਹੋਇਆ ਹੋਇਆ ਸੀ ਤੇ ਬੀਮੇ ਦੀ ਰਕਮ ਲੈਣ ਵਾਸਤੇ ਪਤੀ ਨੇ ਇਹ ਸਾਰੀ ਸਕੀਮ ਜਿਹੜੀ ਸੀ ਇਹ ਬਣਾਈ ਇਸਤਰੀ ਦਾ ਮਨੋ ਵਿਸ਼ਲੇਸ਼ਣ ਕਰਨਾ ਸੰਭਵ ਨਹੀਂ ਹੈ ਕਿਉਂਕਿ ਉਹ ਉਸ ਦੀ ਜ਼ਿੰਦਗੀ ਦੇ ਵਿੱਚ ਨਾ ਬਦਲਾਅ ਬੜੇ ਆਉਂਦੇ ਹੈਗੇ ਉਸ ਦੀ ਮਾਨਸਿਕਤਾ ਜਿਹੜੀ ਹੈ ਨਾ ਉਹ ਬਹੁਤ ਉਲਝੀ ਹੋਈ ਹੈ ਇੱਕ ਤਾਂ ਇਸਤਰੀਆਂ ਦੀਆਂ ਉਂਝ ਵੀ ਪ੍ਰੋਬਲਮਸ ਜਾ ਰਹੇ ਹਨ ਬਹੁਤ ਸਾਰੇ ਬਾਰੇ ਕਿਹਾ ਜਾਂਦਾ ਹੈ ਕਿ ਇਸਤਰੀਆਂ ਬੋਲਦੀਆਂ ਜ਼ਿਆਦਾ ਹਨ ਨਹੀਂ ਇਹ ਬੋਲਦੀਆਂ ਜ਼ਿਆਦਾ ਨਹੀਂ ਹਨ ਉਹਨਾਂ ਕੋਲ ਬੋਲਣ ਦੇ ਵਿਸ਼ੇ ਜ਼ਿਆਦਾ ਹੁੰਦੇ ਹਨ ਪੁਰਸ਼ ਕਦੀ ਆਪਣੇ ਬੱਚਿਆਂ ਦੀਆਂ ਗੱਲਾਂ ਨਹੀਂ ਕਰਦੇ ਕਦੇ ਰਸੋਈ ਦੀਆਂ ਗੱਲਾਂ ਨਹੀਂ ਕਰਦੇ ਇਸਤਰੀ ਘਰ ਦੇ ਵਿੱਚ 165 ਕਿਸਮ ਦੇ ਕੰਮ ਕਰਦੀ ਹੈ 165 ਕਿਸਮ ਦੇ ਬਿਲਕੁਲ ਹਾਂ ਸੋ ਉਸ ਦੀ ਭੂਮਿਕਾ ਜ਼ਿਆਦਾ ਹੈਗੀ ਉਸ ਕੋਲ ਮਸਲੇ ਜ਼ਿਆਦੇ ਆ। ਉਸ ਦੀਆਂ ਸਮੱਸਿਆਵਾਂ ਜ਼ਿਆਦਾ ਆ। ਉਸ ਦੇ ਵਿੱਚ ਪਰਿਵਰਤਨ ਜ਼ਿਆਦੇ ਵਾਪਰਦੇ ਹੈਗੇ ਆ। ਬੱਚਿਆਂ ਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਹੁਣ ਮਿਸਾਲ ਦੇ ਤੌਰ ਤੇ ਜਿਹੜਾ ਪਤੀ ਹੁੰਦਾ ਨਾ ਉਹ ਔਰਤ ਦਾ ਰੋਜ਼ਗਾਰ ਹੁੰਦਾ। ਔਰਤ ਦੀ ਚਿੰਤਾ ਪੈਸੇ ਕਮਾਉਣਾ ਹੈ। ਔਰਤ ਦੀ ਚਿੰਤਾ ਪੁਰਸ਼ ਦੀ ਚਿੰਤਾ ਜਿਹੜੀ ਹੈ ਪੈਸੇ ਕਮਾਉਣਾ। ਰੋਜ਼ਗਾਰ ਨੂੰ ਪੈਦਾ ਕਰਨਾ। ਵਪਾਰ ਨੂੰ ਵਧਾਉਣਾ। ਯਾਦ ਬਣਾਉਣੀ ਹੈ ਬੱਚਿਆਂ ਦੇ ਵਾਸਤੇ ਵਸੀਲੇ ਪੈਦਾ ਕਰਨੇ ਆ ਔਰਤ ਦੀ ਜਿਹੜੀ ਇੱਛਾ ਹੁੰਦੀ ਹੈ ਨਾ ਉਹ ਹੁੰਦੀ ਹੈ ਕਿ ਉਹ ਚਾਹੇ ਜਾਨ ਦੇ ਯੋਗ ਬਣੀ ਰਹੇ ਅੱਛਾ ਦੇ ਮਤਲਬ ਆਪਣੀ ਲੋਕਪ੍ਰੀਅਤਾ ਨੂੰ ਬਹੁਤ ਪਿਆਰ ਕਰਦੀ ਹੋਣਾ ਹਾਂ ਮਤਲਬ ਲੋਕ ਧਿਆਨ ਦੇਣ ਮਤਲਬ ਇਹ ਉਸ ਦੀ ਕਿਉਂਕਿ ਉਹਦਾ ਮੁੱਲ ਉਦੋਂ ਤੱਕ ਪੈਂਦਾ ਜਦੋਂ ਤੱਕ ਉਹ ਪ੍ਰਭਾਵਸ਼ਾਲੀ ਰਹਿੰਦੀ ਹੈਗੀ ਸੋ ਉਸ ਦੀਆਂ ਸਮੱਸਿਆਵਾਂ ਜ਼ਿਆਦਾ ਹੈਗੀਆਂ ਤੇ ਉਸ ਨੂੰ ਵਲਛਲ ਵਿੱਚ ਜਿਆਦਾ ਕਰਨੇ ਪੈਂਦੇ ਆ ਮਤਲਬ ਵਲਛਲ ਜਿਹੜੇ ਨਾ ਇਹ 네ਗੇਟਿਵ ਟਰਮ ਨਹੀਂ ਹੈ ਇਹ ਪੈਤੜੇ ਹਨ ਜਿਹੜੇ ਉਸ ਨੂੰ ਵਧਾਰੇ ਜਿਹੜੇ ਹਨ ਨਾ ਉਹ ਅਪਣਾਉਣੇ ਪੈਂਦੇ ਹਨ ਆਦਮੀ ਔਰਤ ਦੇ ਪਿੱਛੇ ਜਦੋਂ ਪੈਂਦਾ ਤਾਂ ਉਹ ਸ਼ਿਕਾਰੀ ਵਾਲੀ ਬਿਰਤੀ ਨਾਲ ਪੈਂਦਾ ਤੇ ਔਰਤ ਜਦੋਂ ਕਿਸੇ ਪੁਰਸ਼ ਦੇ ਪਿੱਛੇ ਪੈਂਦੀ ਹੈ ਤਾਂ ਉਹ ਮੱਛੀ ਫੜਨ ਵਾਲੀ ਟੰਗ ਵਰਤਦੀ ਹੈਗੀ ਹੈ ਮਤਲਬ ਕੁੰਡੀ ਪਾਈ ਰੱਖਦੇ ਆ ਤੇ ਜਦੋਂ ਉਹ ਲੋੜ ਪੈਂਦੀ ਹੈ ਉਦੋਂ ਉਹ ਮੱਛੀ ਨੂੰ ਜਿਹੜਾ ਨਾ ਉਹ ਮਤਲਬ ਕਿ ਬਹੁਤ ਸਾਰੀਆਂ ਜਿਹੜੀਆਂ ਸੀ ਸੋ ਇਸ ਢੰਗ ਦੇ ਨਾਲ ਕੀ ਹੋਇਆ ਕਿ ਮੈਨੂੰ ਆਬਜ਼ਰਵ ਕਰਨ ਦੀ ਇੱਕ ਆਦਤ ਪੈ ਗਈ ਆਦਤ ਪੈ ਗਈ ਸੋ ਇਸ ਢੰਗ ਦੇ ਨਾਲ ਉਹਨਾਂ ਦੇ ਵਿੱਚ ਮੇਰੀ ਦਿਲਚਸਪੀ ਹੀ ਜ਼ਿਆਦਾ ਨਹੀਂ ਹੈ ਸਾਰੇ ਸਾਈਕੋਲੋਜਿਸ ਦੀ ਦਿਲਚਸਪੀ ਜਾ ਰਹੀ ਹੈ ਜਿਹੜੇ ਵੀ ਲੋਕ ਕੁਝ ਲਿਖਦੇ ਆ ਉਹਨਾਂ ਦੀ ਦਿਲਚਸਪੀ ਜ਼ਿਆਦਾ ਹੁੰਦੀ ਹੈਗੀ ਔਰਤਾਂ ਵਧੇਰੇ ਇੰਟਰਸਟਿੰਗ ਹੁੰਦੀਆਂ ਵਧੇਰੇ ਦਿਲਚਸਪ ਹੁੰਦੀਆਂ ਵਧੇਰੇ ਨਿਗ੍ਹੀਆਂ ਹੁੰਦੀਆਂ ਉਹ ਵਧੇਰੇ ਨੇੜੇ ਆਉਂਦੀਆਂ ਹੁਣ ਮਿਸਾਲ ਦੇ ਤੌਰ ਤੇ ਇੱਕ ਲੜਕੀ ਨੇ ਫੋਟੋ ਭੇਜੀ ਗਰੁੱਪ ਆਫ ਫੋਟੋ ਸੀ ਤੇ ਮੈਂ ਉਸ ਨੂੰ ਪੁੱਛਿਆ ਵੀ ਮੇਰਾ ਖਿਆਲ ਹੈ ਕਿ ਤੂੰ ਪਿੰਕ ਸੂਟ ਵਾਲੀ ਜਿਹੜੀ ਹੈ ਨਾ ਉਹ ਤੂੰ ਹੈਗੀ ਹੈ ਤੇ ਮੈਨੂੰ ਜਦੋਂ ਕੋਈ ਮਿਲਦੀ ਹੈ ਨਾ ਆਪਣੇ ਢਾਂਗ ਨਾਲ ਉਹਦਾ ਨੋ ਨਾ ਰੱਖ ਦਿੰਦਾ ਮੈਂ ਉਹਦਾ ਨਾਂ ਉਹਦਾ ਮੈਂ ਕਿਹਾ ਅਜੇ ਤੋ ਬਾਰ ਨਾ ਮੈਂ ਤੈਨੂੰ ਪਿੰਕੀ ਕਹਿ ਕੇ ਬੁਲਾਇਆ ਕਰੂੰਗਾ ਅੱਛਾ ਅਗਲੇ ਬਾਰੇ ਉਹਦਾ ਫੋਨ ਆਇਆ ਮਤਲਬ ਮੈਂ ਉਹਦਾ ਟੰਗ ਦੱਸ ਰਹੇ ਹਾਂ ਤੇ ਉਹ ਫੋਨ ਕਰਦੇ ਕਹਿੰਦੇ ਤੁਹਾਡੀ ਪਿੰਕੀ ਬੋਲ ਰਹੀ ਹੈ ਮੈਂ ਕਿਹਾ ਤੂੰ ਮੇਰੀ ਪਿੰਕੀ ਕਦੋਂ ਦੀ ਬਣ ਗਈ ਬਿਲਕੁਲ ਸੋ ਉਹਨਾਂ ਦੇ ਵਿੱਚ ਨੇੜੇ ਆਉਣ ਦੀ ਬਰਤੀ ਜarre ਹੁੰਦੀ ਹੈ ਉਹਨਾਂ ਦੇ ਵਿੱਚ ਆਪਣੀਆਂ ਪ੍ਰੋਬਲਮਸ ਸ਼ੇਅਰ ਕਰਨ ਦੀ ਬਰਤੀ ਬਦਰੇ ਹੁੰਦੀ ਹੈ ਉਹਨਾਂ ਦੀਆਂ ਸਮੱਸਿਆਵਾਂ ਜ਼ਿਆਦਾ ਹਾਂ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਮੈਂ ਜਾਣਦਾ ਹੈਗਾ ਲਗਭਗ 60-65% ਔਰਤਾਂ ਦੀ ਇਹ ਸ਼ਿਕਾਇਤ ਹੈ ਕਿ ਉਹਨਾਂ ਦੇ ਹਸਬੈਂਡਸ ਦੇ ਕਿਸੇ ਹੋਰ ਔਰਤ ਦੇ ਨਾਲ ਸੰਬੰਧ ਹਨ। ਇਸ ਸ਼ਿਕਾਇਤ ਉਹਨਾਂ ਦੀ। ਇਸ ਕਰਕੇ ਉਹ অসੰਤੁਸ਼ਟ ਹਨ। ਹੂੰ ਫਿਰ ਇੱਕ ਸਾਇਹਤਕਾਰ ਦੇ ਤੌਰ ਤੇ ਕੀ ਸੋਚਦੇ ਹੋ ਕਿ ਸੱਚ ਹੁੰਦੀਆਂ ਨੇ ਇਹ ਗੱਲਾਂ? ਹਾਂ ਇੱਕ ਮੈਂ ਔਰਤ ਨੂੰ ਪੁੱਛਿਆ ਮੈਨੂੰ ਨਾ ਅਸਲ 'ਚ ਔਰਤ ਨੂੰ ਥੋੜਾ ਖੋਲਣਾ ਆਉਂਦਾ। ਮੈਂ ਆਮ ਤੌਰ ਤੇ ਇੱਕ ਨੂੰ ਪੁੱਛਿਆ ਵੀ ਤੈਨੂੰ ਪਤੀ ਹੀ ਮਿਲਿਆ ਜਾਂ ਕੋਈ ਕਦਰਦਾਨ ਵੀ ਮਿਲਿਆ ਹਾਂਜੀ اچھا ਤੇ ਉਹ ਆਪਣੇ ਪਤੀ ਬਾਰੇ ਫਿਰ ਦੱਸਣ ਲੱਗ ਪਈ ਵੀ ਇਹ ਮੇਰਾ ਕਦਰਦਾਨ ਨਹੀਂ ਹੈ ਪਤੀ ਹੋ ਹੈ ਫਿਰ ਉਹ ਕਦਰਦਾਨ ਬਾਰੇ ਵੀ ਦੱਸਣ ਲੱਗ ਪਈ ਕਦਰਦਾਨ ਜਿਹੜਾ ਹੈ ਉਹਦੇ ਸੰਪਰਕ ਵਿੱਚ ਵੈਸੇ ਮੈਂ ਮਹਿਸੂਸ ਕੀਤਾ ਹੈਗਾ ਹਰ ਔਰਤ ਨੂੰ ਇੱਕ ਅਜਿਹਾ ਬੰਦਾ ਚਾਹੀਦਾ ਜਿਸ ਨਾਲ ਉਹ ਸਾਰੀਆਂ ਗੱਲਾਂ ਕਰ ਸਕੇ ਹਾਂ ਮਤਲਬ ਜਿਸ ਨਾਲ ਉਹਦੀ ਮੂਰਖਤਾ ਨੂੰ ਮੂਰਖਤਾ ਨਾ ਸਮਝਿਆ ਜਾਵੇ ਜਿਹਦੇ ਵਿੱਚ ਉਸਦੇ ਨਖਰੇ ਨੂੰ ਬੁਰਾ ਨਾ ਸਮਝਿਆ ਜਾਵੇ ਕਹਿਣ ਤੋਂ ਭਾਵ ਹੈਗਾ ਕਿ ਉਹਦੇ ਵਿੱਚ ਇੱਕ ਕੁੜੀ ਵਾਲਾ ਜਿਹੜਾ ਭਾਵ ਹੈ ਨਾ ਉਹ ਬਣਿਆ ਰਹਿੰਦਾ ਹੈ ਅਮਰਤਾ ਪ੍ਰੀਤਮ ਦੀ ਜੇਕਰ ਤੁਸੀਂ ਰਚਨਾਵਾਂ ਪੜੋ ਨਾ ਉਹ ਅਖੀਰ ਤੱਕ ਕੁੜੀ ਬਣਨ ਦੀ ਜਿਹਨੂੰ ਕਹਿੰਨਾਂ ਨਾ ਉਹ ਕਰ ਹੀ ਰਹੀ ਜਿਵੇਂ ਬਈ ਪਿਆਰ ਕਰਨ ਵਾਸਤੇ ਜਿਹੜਾ ਨਾ ਇੱਕ ਰੋਮਾਂਟਿਕ ਗਰਲ ਦੇ ਤੌਰ ਤੇ ਉਹ ਵਿਚਰਦੀ ਰਹੀ ਇਸ ਕਿਸਮ ਦੀ ਜਿਹੜੀ ਮਤਲਬ ਤਮਾਮ ਉਮਰ ਆਪਣੇ ਆਪ ਨੂੰ ਮੁਹੱਬਤ ਦੇ ਪਾਤਰ ਸਮਝਣ ਲੱਗ ਜਾਣਾ ਹਾਂਜੀ ਹਾਂਜੀ ਸੋ ਉਹਨਾਂ ਦੀ ਜਿਹੜੀ ਹੈ ਪਤੀ ਵਾਸਤੇ ਵਿਆਹ ਜਾਂ ਪਤਨੀ ਇੱਕ ਬੰਦਾ ਉਹਦੀਆਂ ਸਮੱਸਿਆਵਾਂ ਹੋਰ ਕਿਸਮ ਦੀਆਂ ਉਸ ਸਮੱਸਿਆਵਾਂ ਸਾਰੀਆਂ ਆਪਣੀ ਪਤਨੀ ਨੂੰ ਦੱਸ ਦੇਣੀ ਹੁੰਦੀ ਹੈ ਇੱਕ ਔਰਤ ਨੂੰ ਮੈਨੂੰ ਫੋਨ ਆਇਆ ਕਿ ਮੇਰਾ ਪਤੀ ਜਿਹੜਾ ਹੈ ਨਾ ਉਹ ਰਾਤ ਨੂੰ ਸੌਣ ਵੇਲੇ ਮੈਨੂੰ ਪਰੇ ਕਰ ਦਿੰਦਾ ਅੱਛਾ ਮੈਂ ਕਿਹਾ ਕੋਈ ਪਰੇਸ਼ਾਨੀ ਹੋਣੀ ਆ ਉਸ ਨੂੰ ਮਤਲਬ ਕਿ ਜਿਹੜਾ ਹੈ ਕਹਿੰਦੇ ਨਾਲੇ ਸ਼ਰਾਬ ਜ਼ਿਆਦਾ ਪੀਣ ਲੱਗ ਪਿਆ ਅੱਛਾ ਮੈਨੂੰ ਜਦੋਂ ਕੋਈ ਔਰਤ ਸਮੱਸਿਆ ਦੱਸਦੀ ਹੈ ਨਾ ਤੇ ਮੈਂ ਇਸ ਗੱਲ ਦੇ ਵਿੱਚ ਨਹੀਂ ਪੈਂਦਾ ਕਿ ਮੈਂ ਉਹਨੂੰ ਉਪਦੇਸ਼ ਦੇਣ ਲੱਗ ਪਾਵਾਂ ਨਾ ਮੈਂ ਉਹਦੀ ਸਮੱਸਿਆ ਹੱਲ ਕਰਨ ਬਾਰੇ ਸੋਚਦਾ ਵੀ ਇਹ ਹੱਲ ਕਿਵੇਂ ਹੋ ਸਕਦੀਆਂ ਇੱਕ ਦਾ ਫੋਨ ਆਇਆ ਕਿ ਮੇਰਾ ਪਤੀ ਮੈਨੂੰ ਪੈਸੇ ਨਹੀਂ ਦਿੰਦਾ ਹੈ ਘਰ ਦੇ ਵਿੱਚ ਕਈ ਵਾਰੀ ਲੋਡ ਹੁੰਦੇ ਆ ਬੱਚੇ ਹੁੰਦੇ ਆ ਕੁਝ ਹੁੰਦੇ ਆ ਮੈਂ ਉਹਦੇ ਜੇਬ ਵਿੱਚੋਂ ਪੈਸੇ ਖਿਸਕਾ ਲਿਆ ਕਰਾਂ ਅੱਛਾ ਮੈਂ ਕਿਹਾ ਜੇਬ ਵਿੱਚੋਂ ਪਰਸ ਹੁਣਾ ਹਾਂ ਮੈਂ ਕਿਹਾ ਜੇ ਤੂੰ ਘਰ ਵਾਸਤੇ ਤੈਨੂੰ ਚਾਹੀਦੇ ਆ ਜੇ ਨਹੀਂ ਦਿੰਦਾ ਤਾਂ ਖਿਸਕਾ ਲੈ ਕਰ ਮੈਂ ਮੈਂ ਹੁਣ ਇਹ ਨਹੀਂ ਹੋਊਗਾ ਕਿ ਮਾੜੀ ਗੱਲ ਹੈਗੀ ਹੈ ਖਿਸਕਾ ਲੈ ਕਰ ਪਰ ਫਿਰ ਮੈਂ ਉਹਨੂੰ ਸਾਫ ਸਾਫਤਾਨ ਵਿੱਚ ਕਰ ਦਤਾ ਵੀ ਪੈਸੇ ਤਾਂ ਹੀ ਖਸਕਾਏ ਜੇਕਰ ਉਹ ਨੰਬਰ ਵਾਰ ਨਾ ਲੱਗੇ ਹੋਣਾਂ ਜੇ ਨੰਬਰ ਵਾਰ ਲੱਗੇ ਹੋਏ ਆ ਨਾ ਨੋਟ ਇਹਦਾ ਮਤਲਬ ਉਹਨੇ ਗਿਨੇ ਹੋਏ ਆ ਮਿਲਖ ਸਕਉਣ ਦੀ ਯਤਨ ਉਦੋਂ ਹੀ ਕਰਨਾ ਜਦੋਂ ਨੰਬਰ ਵਾਰ ਨਾ ਹੋਣਾ ਉਸ ਵੇਲੇ ਆਦਮੀ ਨੂੰ ਪਤਾ ਨਹੀਂ ਹੁੰਦਾ ਕਿ ਕਿੰਨੇ ਪੈਸੇ ਆਉਦੀ ਜੇਬ ਦੇ ਵਿੱਚ ਉਹ ਜਿਹੜੀ ਕਹਿੰਦੀ ਸੀ ਕਿ ਮੇਰਾ ਪਤੀ ਪਰੇ ਕਰ ਦਿੰਦਾ ਤੇ ਮੈਂ ਕਿਹਾ ਕੋਈ ਪਰੇਸ਼ਾਨੀ ਹੋਣੀ ਆ ਆਦਮੀ ਸਾਰੀਆਂ ਗੱਲਾਂ ਦੱਸਦੇ ਨਹੀਂ ਹੁੰਦੇ ਤੇ ਪਰੇਸ਼ਾਨੀ ਜਦੋਂ ਦੂਰ ਹੋ ਜਾਏਗੀ ਉਹਦਾ ਵਿਹਾਰ ਠੀਕ ਹੋ ਜਾਏਗਾ ਮੈਂ ਕਿਹਾ ਕੋਈ ਕਰਨ ਦੀ ਲੋੜ ਨਹੀਂ ਹੈ ਇਹ ਪਾਸਿੰਗ ਫੇਜ਼ ਹੈਗਾ ਫਿਰ ਉਨੇ ਥੋੜੀ देर ਬਾਅਦ ਕਹੇ ਕਿ ਕਹਿੰਦੇ ਮੈਨੂੰ ਸ਼ੱਕ ਹੈ ਕਿ ਮੇਰੇ ਪਤੀ ਦੇ ਨਾ ਪਿੰਡ ਦੇ ਕਿਸੇ ਹੋਰ ਔਰਤ ਦੇ ਨਾਲ ਸਬੰਧ ਹੈਗੇ ਆ। ਹਾਂ। ਮੈਂ ਉਹਨਾਂ ਕਹੇ ਬੀਬੀ ਇਹ ਪੋਸੀਬਲ ਨਹੀਂ ਹੈ ਕਿਉਂਕਿ ਕੋਈ ਵੀ ਇਸ ਤਰੀਕ ਪਿੰਡ ਦੀ ਉਹ ਸ਼ਰਾਬੀ ਬੰਦੇ ਨਾਲ ਸਬੰਧ ਨਹੀਂ ਬਣਾਉਣਾ ਪਸੰਦ ਕਰਦੀ। ਹਾਂ। ਮੈਂ ਕਿਹਾ ਸ਼ਰਾਬੀ ਬੰਦਾ ਜਿਹੜਾ ਨਾ ਉਹ ਕਈ ਵਾਰੀ ਸ਼ਰਾਬ ਦੇ ਨਸ਼ੇ ਦੇ ਵਿੱਚ ਔਰਤ ਨੂੰ ਪਿੱਛੋਂ ਆਵਾਜ਼ ਮਾਰ ਲੈਂਦਾ ਹੈ। ਹਾਂ। ਤੇ ਜਾਂ ਉਹਦੇ ਘਰ ਚਲਾ ਜਾਂਦਾ ਹੈ। ਇਹ ਕੋਈ ਵੀ ਔਰਤ ਉਦੋਂ ਤੱਕ ਕਿ ਕਿਸੇ ਨੂੰ ਪਸੰਦ ਕਰਦੀ ਹੈ ਜਦੋਂ ਤੱਕ ਉਹ ਉਹਦੀ ਇੱਜ਼ਤ ਆਬਰੂ ਦੀ ਰੱਖਿਆ ਵੀ ਕਰੇ ਕੇਵਲ ਸੰਪਰਕ ਵਿੱਚ ਨਾ ਆਵੇ ਰੱਖਿਆ ਵੀ ਕਰੇ ਤੇ ਮੈਂ ਕਿਹਾ ਪੋਸੀਬਲ ਨਹੀਂ ਹੈ ਮੈਂ ਉਹਨੂੰ ਆਪ ਹੀ ਪੁੱਛਿਆ ਮੈਂ ਕਿਹਾ ਤੂੰ ਕਿਸੇ ਅਜਿਹੇ ਬੰਦੇ ਨਾਲ ਸੰਬੰਧ ਬਣਾਉਣੇ ਪਸੰਦ ਕਰੇਂਗੇ ਭਾਵੇਂ ਉਹ ਕੋਈ ਵੀ ਹੋਵੇ ਜਿਹੜਾ ਸ਼ਰਾਬ ਪੀਂਦਾ ਹੋਵੇ ਹਰ ਵੇਲੇ ਪੀਂਦਾ ਹੋਵੇ ਕਹਿੰਦੀ ਨਹੀਂ ਕਹਿੰਦੀ ਮੇਰੇ ਮੇਰੀ ਗੱਲ ਸੁਣ ਕੇ ਕਹਿੰਦੀ ਮੇਰੇ ਮਨ ਚੋਂ ਸ਼ੰਕਾ ਜਿਹੜਾ ਸੀ ਨਾ ਉਹ ਨਿਕਲ ਗਿਆ ਬਈ ਕੋਈ ਵੀ ਫਿੱਲਦੀ ਔਰਤ ਐ ਕਿ세 ਸ਼ਰਾਬੀ ਦੇ ਨਾਲ ਸੰਪਰਕ ਜਿਹੜਾ ਹੈ ਸਬੰਧ ਨਹੀਂ ਬਣਾਉਣਾ ਕਹਿੰਦੀ ਉਹ ਨਜਾਇਜ਼ ਸਬੰਧਾਂ ਦੀ ਜਿਹੜੀ ਬੜੀ ਵੱਡੀ ਸੁਸਿਆ ਹੈਗੀ ਹੈ ਤੇ ਹੁਣ ਜਿਹੜਾ ਮੋਬਾਈਲ ਹੈ ਨਾ ਉਸ ਦੇ ਨਾਲ ਪ੍ਰਬੰਧ ਕਰਨਾ ਬੜਾ ਸੌਖਾ ਹੋ ਗਿਆ ਹੈ ਆਮ ਤੌਰ ਤੇ ਪਿੱਛੇ ਜੇ ਮੈਂ ਲੇਖ ਵੀ ਲਿਖਿਆ ਸੀ ਤਿਲਕਣ ਅਤੇ ਫਿਸਲਣ ਆਦਮੀ ਜਿਹੜੇ ਨਾ ਤਿਲਕਦੇ ਆ ਔਰਤ ਜਿਹੜੀ ਆ ਫਿਸਲਦੀ ਆ ਫਿਸਲ ਕੇ ਬੰਦਾ ਜਿਹੜਾ ਨਾ ਸੰਭਲ ਜਾਂਦਾ ਔਰਤ ਜਿਹੜੀ ਕਿਸੇ ਦੇ ਸੰਪਰਕ ਵਿੱਚ ਆਉਂਦੀ ਐ ਤਾਂ ਉਸ ਨੂੰ ਜਿਹੜੇ ਖਤਰੇ ਆ ਨਾ ਉਹ ਦਿਸਣ ਲੱਗ ਪੈਣੇ ਆ ਜਦੋਂ ਉਸ ਵੇਲੇ ਉਹ ਸੰਭਲ ਜਾਂਦੀ ਐ ਉਹਦੇ ਆਪਣੇ ਬੱਚੇ ਜਿਹੜੇ ਆ ਵੱਡੇ ਹੋ ਰਹੇ ਹੁੰਦੇ ਆ ਉਹਨਾਂ ਦੇ ਸਾਹਮਣੇ ਉਹ ਕਿਸੇ ਕਿਸਮ ਦੀ ਇਸ ਕਿਸਮ ਦੀ ਬੇਇੱਜ਼ਤੀ ਦੇ ਵਿੱਚ ਨਹੀਂ ਪੈਣਾ ਚਾਹੁੰਦੀ ਤੇ ਆਦਮੀ ਦੇ ਕੋਲ ਨਾ ਵਸੀਲੇ ਹੁੰਦੇ ਆ ਉਹਦੇ ਕੋਲ ਸਾਧਨ ਹੁੰਦੇ ਆ ਉਹਦੇ ਕੋਲ ਗੱਡੀ ਹੁੰਦੀ ਹੈ ਉਹਦੇ ਕੋਲ ਹੋਰ بڑے ਟਾਂਕ ਤਰੀਕੇ ਹੁੰਦੇ ਆ ਹੋਟਲ ਜਾ ਸਕਦਾ ਕਿਸੇ ਨੂੰ ਵਗਾਰ ਵਗਾਰਮ ਔਰਤ ਜਿਹੜੀ ਹੈ ਉਹ ਬਾਜ਼ਾਰ ਇਕੱਲੀ ਜਾ ਸਕਦੀ ਹੈ ਕੰਮ ਵਾਲੀ ਜਗ੍ਹਾ ਤੇ ਇਕੱਲੀ ਜਾ ਸਕਦੀ ਆ ਅਜੇ ਸਿਨੇਮੇ ਤੇ ਹੋਟਲ ਇਕੱਲੀ ਨਹੀਂ ਜਾਂਦੀ ਹੈ ਉਹ ਹਮੇਸ਼ਾ ਕਿਸੇ ਦੇ ਨਾਲ ਜਾਂਦੀ ਹੈਗੀ ਹੁਣ ਹੋਟਲਾਂ ਦੇ ਵਿੱਚ ਜਦੋਂ ਕੋਈ ਜੋੜਾ ਆਉਂਦਾ ਤਾਂ ਹੋਟਲ ਦੇ ਹੋਟਲ ਵਾਲੇ ਜਿਹੜੇ ਨੇ ਉਸ ਜੋੜੇ ਦੀ ਫੋਟੋ ਖਿੱਚਦੇ ਆ ਫੋਟੋ ਖਿੱਚ ਕੇ ਜਿਹੜਾ ਨਾ ਉਹਨਾਂ ਦੇ ਕੰਪਿਊਟਰ 'ਚ ਹੁੰਦੀ ਹੈ ਕੱਲ ਨੂੰ ਕੋਈ ਕ੍ਰਾਈਮ ਹੋ ਜਾਵੇ ਤਾਂ ਉਹ ਫੋਟੋ ਜਿਹੜੀ ਹੈ ਉਹ ਕੰਮ ਆਉਂਦੀ ਹੈਗੀ ਸੋ ਇਹ ਬੜੀ ਵੱਡੀ ਪ੍ਰੋਬਲਮ ਹੈ ਪਿੱਛੇ ਜਿਹੇ ਖਰੜ ਦੇ ਵਿੱਚ ਇੱਕ ਆਦਮੀ ਜਿਹੜਾ ਸੀ ਉਹ ਕਾਰ ਦੇ ਵਿੱਚ ਮਰਿਆ ਹੋਇਆ ਮਿਲਿਆ ਚੰਡੀਗੜ੍ਹ ਦਾ ਆਦਮੀ ਸੀ ਬੜੀ ਮਹਿੰਗੀ ਕਾਰ ਦੇ ਵਿੱਚ ਉਹਦੀ Laash ਮਿਲੀ ਤੇ ਉਹਦਾ ਜਦੋਂ ਟੈਲੀਫੋਨ ਫਰੋਲਿਆ ਗਿਆ ਤਾਂ ਪਤਾ ਲੱਗਿਆ ਕਿ ਉਹਦੇ 8 ਔਰਤਾਂ ਦੇ ਨਾਲ ਸੰਬੰਧ ਸੀ ਹਾਂਜੀ ਤੇ ਪੁਲਿਸ ਨੇ ਉਹਨਾਂ 8ਾਂ ਨੂੰ ਬੁਲਾਇਆ ਚਾਰ ਵਿਆਹ ਟੁੱਟ ਗਏ। ਅੱਛਾ ਜੀ। ਚਾਰ ਵਿਆਹ ਜਿਹੜੇ ਸੀ ਟੁੱਟ ਗਏ। ਹਮਮ। ਔਰਤਾਂ ਜਿਹੜੀਆਂ ਹੈਗੀਆਂ ਉਹ ਇੰਨੀਆਂ ਕੇਵਰੀ ਭਾਵਕ ਹੁੰਦੀਆਂ ਕਿ ਉਹ ਆਪਣੀ ਸੇਫਟੀ, ਆਪਣੀ ਸਿਕਿਉਰਿਟੀ ਤੇ ਇਹਨਾਂ ਗੱਲਾਂ ਦਾ ਧਿਆਨ ਬਹੁਤਾ ਨਹੀਂ ਰੱਖਦੀਆਂ ਹੈਗੀਆਂ। ਫੋਟੋਆਂ ਖਿਚਵਾ ਲੈਣ ਗਿਆ ਜਾਂ ਹੋਰ ਕਰਨ ਗਿਆ। ਫਿਰ ਬਾਅਦ ਵਿੱਚ ਉਹੀ ਚੀਜ਼ਾਂ ਜਿਹੜੀਆਂ ਨਾ ਉਹਨਾਂ ਦੇ ਵਿਰੁੱਧ ਜਿਹੜੀਆਂ ਵਰਤੀਆਂ ਜਾਂਦੀਆਂ। ਇਹ ਮਾਨਸਿਕ ਤੌਰ ਤੇ ਭਾਵ ਕੈਸੇ ਹਾਂਜੀ ਹਾਂਜੀ ਉਹ ਭਾਵਕ ਜਿਆਦਾ ਹੁੰਦੀ ਹੈ ਅਸਾਂ ਭਾਵਕ ਜਿਆਦਾ ਹੋਣ ਕਰਕੇ ਆਪਣੇ ਵਾਸਤੇ ਸਮਸਿਆਵਾਂ ਜਿਹੜੀਆਂ ਹੈਗੀਆਂ ਉਹ ਵਧਾ ਲੈਂਦੀਆਂ ਪੈਦਾ ਕਰ ਲੈਂਦੀਆਂ